ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਲ ਹੈ ਵੀ ਅੰਮ੍ਰਿਤ ਵੇਲਾ ਕੀ ਸਿੱਖ ਲਈ ਜ਼ਰੂਰੀ ਹੈ ਅਤੇ ਕਿੰਨੇ ਵਜੇ ਸ਼ੁਰੂ ਹੁੰਦਾ? ਅਤੇ ਜੇ ਆਪਾਂ ਇਹ ਸਾਰੇ ਸਵਾਲ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਵਿੱਚ ਹੱਲ ਕੀਤੇ ਹੋਏ ਨੇ। ਅਤੇ ਲਿਖਿਆ ਹੋਇਆ ਮਹਾਰਾਜ ਨੇ ਵੀ ਚੌਥੇ ਪੈਰ ਸੁਬਹ ਕੇ ਸੁਰਤਿਆਂ ਉਪਜਿਆ ਚਾਓ, ਤਿੰਨਾਂ ਦਰਿਆਵਾਂ ਸੇ ਦੋਸਤੀ ਮਾਨ ਮੁੱਖ ਸੱਚਾ ਨਾਉ। ਰਾਤ ਦਾ ਚੌਥਾ ਪੈਰ ਭਾਵ ਸੂਰਜ ਚੜ੍ਹਨ ਤੋਂ 4 ਘੰਟੇ ਪਹਿਲਾਂ 3 ਘੰਟੇ ਪਹਿਲਾਂ ਉੱਠ ਪੈਣਾ, ਘੰਟਾ ਪਹਿਲਾਂ ਉੱਠ ਕੇ ਅਤੇ ਆਪਣੀ ਤਿਆਰੀ ਕਰਨੀ, ਇਸ਼ਨਾਨ ਪਾਣੀ ਕਰਨਾ। ਤੋ ਜਿੱਦਾਂ ਆਪਾਂ ਪੰਜਾਬ ਵਿੱਚ ਰਹਿੰਦੇ ਹਾਂ ਆਪਾਂ ਉਹਨੂੰ ਉੱਥੇ ਕਹਿੰਦੇ ਹਾਂ ਵੀ 2 ਵਜੇ ਉੱਠ ਪੈਣਾ, 3 ਵਜੇ ਤੱਕ ਤਿਆਰ ਹੋ ਜਾਣਾ, 3 ਤੋਂ 6 ਤੱਕ ਫਿਰ ਉਹ ਤੁਹਾਡਾ ਨਾਂ ਅਭਿਆਸ ਅਤੇ ਆਪਣਾ ਨਿਤਨੇਮ ਕਰ ਤਕੜਾ ਕਰਨਾ। ਫਿਰ ਜੇ ਦੂਜਾ ਆਪਾਂ ਕਹੀਏ ਫਿਰ ਮਾਰ ਕੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ 'ਤੇ ਆਵੇ, ਪਹਿਲਾਂ ਉਹਨੇ ਸਿਮਰਨ ਕਰਨਾ ਅਤੇ ਫਿਰ ਚੜ੍ਹੇ ਦਿਵਸ ਭਾਵ ਸੂਰਜ ਚੜ੍ਹਨ ਤੋਂ ਬਾਅਦ ਫਿਰ ਉਹ ਆਪਣਾ ਨਿਤਨੇਮ ਬਾਣੀ ਦਾ ਨਾਮ, ਬਾਣੀ ਦਾ ਪਰਚਾ ਪਾਵੇ। ਤੋ ਇਹ ਜ਼ਰੂਰੀ ਕਿਉਂ ਹੈ? ਜੇ ਆਪਾਂ ਗੁਰਬਾਣੀ ਪੜ੍ਹੀਏ ਧਿਆਨ ਨਾਲ, ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਪਿਛਲ ਰਾਤ ਨਾ ਜਾਗਿਓ, ਜੀਵ ਦੜੋ ਮੋਏ ਹੋਏ, ਜੇ ਤਾਂ ਰੱਬ ਵਿਸਾਰਿਓ ਤਾਂ ਰੱਬ ਨਾਲ ਵਿਸਰੇ ਹੋਏ। ਜੇ ਹੁਣ ਜੇ ਆਪਾਂ ਕਹੀਏ ਵੀ ਜੇ ਆਪਾਂ ਹੁਣ ਪਿਛਲੀ ਰਾਤ ਉੱਠਦੇ ਹੀ ਨਹੀਂ ਸਾਰੇ, ਫਿਰ ਤਾਂ ਮੋਇਆਂ ਦਾ ਪੰਥ ਹੋ ਗਿਆ ਨਾ। ਪਿਛਲ ਰਾਤ ਨਾ ਜਾਗਿਓ, ਜੀਵ ਦੜੋ ਮੋਏ ਹੋਏ। ਤੁਸੀਂ ਅੰਮ੍ਰਿਤ ਵੇਲਾ ਨਹੀਂ, ਅੰਮ੍ਰਿਤ ਵੇਲਾ ਜੇ ਕਹੋ ਤਾਂ ਸਿੱਖ ਦੀ ਜਿੰਦ ਜਾਣ ਆ। ਅੰਮ੍ਰਿਤ ਵੇਲੇ ਤੋਂ ਬਗੈਰ ਜਿਵੇਂ ਆਪਾਂ ਕਹੀਏ ਵੀ ਸਰੀਰ ਵਿੱਚੋਂ ਸਵਾਸ ਕੱਢ ਦਈਏ ਅਤੇ ਬਾਕੀ ਲਾਸ਼ ਰਹਿ ਜਾਂਦੀ ਹੈ, ਜੇ ਸਿੱਖ ਦੇ ਜੀਵਨ ਵਿੱਚੋਂ ਅੰਮ੍ਰਿਤ ਵੇਲਾ ਕੱਢ ਦਈਏ ਤਾਂ ਬਾਕੀ ਕੁਛ ਵੀ ਨਹੀਂ ਬਚਦਾ। ਅੰਮ੍ਰਿਤ ਵੇਲਾ ਸਿੱਖ ਦੀ ਜਿੰਦ ਆ, ਜਾਣ ਆ, ਜਿਸ ਨੂੰ ਬਖਸ਼ੇ ਸਿਫ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਇੱਕ ਥਾਂ ਮਹਾਰਾਜ ਨੇ ਵੀ ਲਿਖਿਆ ਵੀ ਅੰਮ੍ਰਿਤ ਵੇਲੇ ਵੱਤੇ ਕਾ ਬੀਜਾ ਭਗਤ ਖਾਏ ਖਰਚ ਰਹੇ ਨਿਖੁਟੇ ਨਾਹੀਂ। ਵੀ ਜੇ ਅੰਮ੍ਰਿਤ ਵੇਲੇ ਉੱਠ ਕੇ ਬੀਜੇਗਾ, ਭਗਤੀ ਕਰੇਗਾ ਤਾਂ ਫਿਰ ਉਹਦੇ ਕੋਲ ਉਹ ਮੁੱਕੇਗਾ ਹੀ ਨਹੀਂ, ਵੀ ਉਹ ਅਮੀਰ ਹੋ ਜਾਏਗਾ, ਪਾਤਸ਼ਾਹ ਬਣ ਜਾਏਗਾ। ਤੋ ਜਿਹਨੇ ਅੰਮ੍ਰਿਤ ਵੇਲੇ ਜਾਗਦੇ ਨੇ ਉਹੀ ਪਾਤਸ਼ਾਹ ਬਣਦੇ ਨੇ, ਉਹੀ ਪਰਮਾਤਮਾ ਦੇ ਤੱਕ ਪਹੁੰਚ ਜਾਂਦੇ ਨੇ। ਪਰ ਇਹਦਾ ਮਤਲਬ ਇਹ ਕਿਹਾ ਵੀ ਜੇ ਕੋਈ ਕਿਸੇ ਦੀ ਮਜਬੂਰੀ ਆ, ਕੋਈ ਰਾਤ ਨੂੰ ਕੰਮ ਕਰਦਾ, ਪਰ ਉਹ ਉਸ ਹਿਸਾਬ ਨਾਲ ਫਿਰ ਦਿਨੇ ਕਰੇ ਆਪਣਾ, ਉਹ ਵੀ ਨਿਤਨੇਮ ਸਾਰਾ ਕੁਛ ਕਰੇ, ਪਰ ਉਹ ਫਿਰ ਵੀ ਉਹਦੇ ਤੁੱਲ ਨਹੀਂ ਪੁੱਜੇਗਾ ਜੋ ਅੰਮ੍ਰਿਤ ਵੇਲਾ ਆ। ਤੋ ਮਹਾਰਾਜ ਕਰੇ ਸੱਚੇ ਪਾਤਸ਼ਾਹ ਸਾਨੂੰ, ਸਾਡੀ ਕੌਮ ਨੂੰ। ਇੱਕ ਵਾਰ ਸੰਤ ਅਤਰ ਸਿੰਘ ਮਸਤਵਾਣੇ ਨੂੰ ਕਿਸੇ ਨੇ ਪੁੱਛਿਆ ਸੀ ਇਸੇ ਕੌਮ ਦੀ ਚੜ੍ਹਦੀ ਕਲਾ ਕਦੋਂ ਹੋਏਗੀ, ਤਾਂ ਉਹਨਾਂ ਦੀ ਕਿਤਾਬ ਮੈਂ ਪੜ੍ਹੀ, ਉਹਦੇ 'ਚ ਉਹਨਾਂ ਲਿਖਿਆ ਵੀ ਜਦੋਂ ਇਹ 2 ਵਜੇ ਉੱਠ ਕੇ ਇਸ਼ਨਾਨ ਕਰਨਗੇ ਅਤੇ ਨਿਤਨੇਮ ਕਰਨਗੇ, ਅਭਿਆਸ ਕਰਨਗੇ, ਉਦੋਂ ਚੜ੍ਹਦੀ ਕਲਾ ਹੋ ਜਾਏਗੀ। ਤੋ ਜਦੋਂ ਅਸੀਂ ਅੰਮ੍ਰਿਤ ਵੇਲਾ ਸੰਭਾਲਣਾ ਸ਼ੁਰੂ ਕਰ ਦਿਆਂਗੇ ਸਾਰੇ, ਸਾਡੀ ਵੀ ਚੜ੍ਹਦੀ ਕਲਾ ਹੋ ਜਾਏਗੀ ਇਕੱਲੇ ਇਕੱਲੇ ਦੀ, ਅਤੇ ਇਕੱਲਾ ਇਕੱਲਾ ਮਿਲ ਕੇ ਫਿਰ ਅਸੀਂ ਪੰਥ ਹੋ ਜਾਵਾਂਗੇ ਅਤੇ ਪੰਥ ਦੀ ਚੜ੍ਹਦੀ ਕਲਾ ਆਪੇ ਹੀ ਹੋ ਜਾਏਗੀ। ਅੰਮ੍ਰਿਤ ਵੇਲਾ ਫਿਰ ਮੈਂ ਕਹਿ ਰਿਹਾ ਵੀ ਸਿੱਖ ਦੀ ਜਿੰਦ ਜਾਣ ਆ, ਅਤੇ ਕਰਨਾ ਬਹੁਤ ਜ਼ਰੂਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।